ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਆਪਣੇ YouTube ਚੈਨਲ ਦੇ ਉੱਪਰ। ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ ਸੈਮੀ ਪਟਿਆਲਾ ਸ਼ਾਹੀ ਪੱਗ, ਜਿੱਦਾਂ ਕਿ ਜਿਹੜੇ ਗਾਇਕ ਸੀ ਸੁਰਜੀਤ ਬਿੰਦ ਰੱਖਿਆ ਜੀ ਬੰਨ੍ਹਦੇ ਹੁੰਦੇ ਸੀ ਪੂਰੀ ਸਫਾਈ ਨਾਲ ਸਿੱਧੇ ਲੜ ਵਾਲੀ। ਸੋ ਕੋਸ਼ਿਸ਼ ਕੀਤੀ ਆ, 100% ਤਾਂ ਨਹੀਂ ਉਵੇਂ ਦੀ ਹੈਗੀ, ਹਾਂ ਬਟ ਥੋੜ੍ਹੀ ਜਿਹੀ ਇੱਕ ਪਟਰਾਈ ਮਾਰੀ ਆ। ਕਾਫੀ ਵੀਰ ਜਾਂ ਇੱਕ ਦੋ ਮਤਲਬ ਸੱਜਣ ਮਿੱਤਰ ਜਿਹੜੇ ਕਹਿ ਸਕਦੇ ਹਾਂ ਵੀ 45-50 ਏਜ ਵਾਲੇ ਨੇ, ਉਹ ਕਮੈਂਟ ਕਰਦੇ ਸੀ ਕਿ ਵੀ ਵੀਡੀਓ ਲੈ ਕੇ ਆਓ। ਪੱਗ ਇਹ ਹੈਗੀ ਆ ਜੀ 7.5 ਮੀਟਰ ਕੱਪੜਾ ਫੁੱਲ ਵੈਲ ਦਾ, ਥੱਲੇ ਕੇਸਕੇ ਵਾਲਾ ਬੇਸ ਬੰਨਿਆ। ਅਤੇ ਬਾਕੀ ਉਹ ਜਿਹੜੇ ਸੱਜਣ ਮਿੱਤਰਾਂ ਦੀ ਡਿਮਾਂਡ ਸੀਗੀ ਉਹ ਸਾਰੇ ਰੂਬੀਆ ਹੀ ਬੰਨਦੇ ਆ, ਕੱਪੜੇ ਦਾ ਕੋਈ ਚੱਕਰ ਨਹੀਂ, ਬੰਨਣ ਦਾ ਤਰੀਕਾ ਉਹੀ ਆ। ਫੁੱਲ ਵੈਲ ਨੂੰ ਵੀ ਉਹੀ ਸਟੈਪ ਫੋਲੋ ਕਰਨੇ ਆ, ਰੂਬੀਆ ਨੂੰ ਵੀ ਬਸ ਰੂਬੀਆ ਦੀ ਥੋੜ੍ਹੀ ਸ਼ੇਪ ਥੋੜ੍ਹੀ ਭਾਰੀ ਅਤੇ ਖੜਵੀਂ ਆਉਂਦੀ ਆ, ਫੁੱਲ ਵੈਲ ਦੀ ਉਹਦੇ ਨਾਲ ਛੋਟੀ ਰਹੂਗੀ। ਪਹਿਲਾ ਲੜ ਬਿਲਕੁਲ ਸਿੰਪਲ, ਖਿੱਚ ਕੇ ਡਬਲ ਕਰਕੇ ਅੱਖ 'ਤੇ ਲਾਉਣਾ, ਦੂਆ ਪੱਲਾ ਉੱਪਰੋਂ ਦੀ ਲਿਆ ਕੇ ਥੋੜ੍ਹਾ ਜਿਹਾ ਖਿੱਚਣਾ, ਬਸ ਜਦੋਂ ਸਾਫ਼ ਹੋ ਗਿਆ ਉਸ ਤੋਂ ਉਹਦੇ ਉੱਪਰੋਂ ਮੋੜ ਲੈਣਾ, ਅੱਗੇ ਲਿਆ ਕੇ ਸਿਰਫ ਥੱਲਿਓਂ ਅੰਗੂਠੇ ਨਾਲ ਮੁੜ ਕੇ ਸਾਫ਼ ਕਰ ਲੈਣਾ, ਉੱਪਰੋਂ ਸੈੱਟ ਕਰਕੇ ਥੱਲਿਓਂ ਮੋੜਨਾ। ਅਤੇ ਜਿੱਥੋਂ ਲੜ ਸਾਫ਼ ਆ ਉੱਥੋਂ ਖਿੱਚ ਕੇ ਸਾਰੀ ਪੱਟੀ ਆ ਜਿਹੜੀ ਲੜ ਦੀ ਇੱਕੋ ਜਿਹੀ ਬਣਾ ਕੇ ਪੂਰੀ ਸਫਾਈ ਰੱਖਣੀ ਆ, ਅਤੇ ਜਿਹੜੇ ਪੇਚ ਨੇ ਉਹ ਮੋਟੇ ਰੱਖਣੇ ਨੇ। ਰੂਬੀਆ ਦੇ ਤਾਂ ਚਲੋ ਆਟੋਮੈਟਿਕਲੀ ਮੋਟੇ ਹੀ ਆਉਣਗੇ, ਕੱਪੜਾ ਭਾਰੀ ਹੁੰਦਾ, ਪੂਣੀ ਦੀ ਜਿਹੜੀ ਆਪਣੀ ਗਿੱਠ ਹੁੰਦੀ ਆ ਫੜੀ ਉਹ ਵੀ ਭਾਰੀ ਹੁੰਦੀ ਆ, ਮੋਟੀ ਹੁੰਦੀ ਆ। ਫੁੱਲ ਵੈਲ ਦੀ ਤੁਹਾਨੂੰ ਮੈਂ ਲਾਸਟ 'ਚ ਦੱਸੂੰਗਾ ਮੋਟੇ ਕਿੱਦਾਂ ਕਰਨੇ ਆ। ਅਗਲਾ ਲੜ ਪਹਿਲੇ ਲੜ ਤੋਂ ਉੱਪਰ ਰੱਖਾਂਗੇ, ਉਸ ਤੋਂ ਬਾਅਦ ਖਿੱਚ ਕੇ ਸਾਫ਼ ਕਰਾਂਗੇ, ਹੱਥਾਂ ਨਾਲ ਮੁੜ ਕੇ ਥੋੜ੍ਹਾ ਥੱਲੇ ਲਿਆਵਾਂਗੇ, ਇੱਕ ਵਾਰ ਲੜ ਸਿੰਪਲ ਮੋੜਾਂਗੇ, ਦੂਰੀ ਵਾਰ ਉਹਨੂੰ ਮੋੜਾਂਗੇ, ਉਸ ਤੋਂ ਪਹਿਲਾਂ ਖਿੱਚਾਂਗੇ। ਉਸ ਤੋਂ ਬਾਅਦ ਜਦੋਂ ਲੜ ਸਾਫ਼ ਹੋ ਗਿਆ, ਬਸ ਪੂਣੀ ਦੇ ਉੱਪਰ ਆਪਾਂ ਸਿੰਪਲ ਹੱਥ ਫੇਰਨਾ ਅਤੇ ਆਪਾਂ ਜਿਹੜਾ ਲੜ ਆਪਣਾ ਉਹ ਲਾ ਦੇਣਾ। ਸਟਾਈਲ ਤੁਸੀਂ ਕੋਈ ਵੀ ਬੰਨਦੇ ਹੋ, ਸਟੈਪ ਹਮੇਸ਼ਾ ਇਹੀ ਫੋਲੋ ਕਰਨੇ ਕਿ ਜਦੋਂ ਵੀ ਲੜ ਲਾਉਣਾ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਉੱਪਰੋਂ ਮੋੜੋ, ਇੱਕ ਵਾਰ ਅੰਗੂਠੇ ਨਾਲ ਮੋੜ ਕੇ ਲੜ ਰੱਖ ਲਓ, ਫਿਰ ਥੱਲੇ ਵਾਲੀ ਸਾਈਡ ਤੋਂ ਪਤਲਾ ਲੜ ਖਿੱਚ ਕੇ ਵਲ ਕੱਢ ਲਓ, ਉਂਗਲਾਂ ਨਾਲ ਉੱਪਰੋਂ ਲੜ ਮੁੜ ਕੇ ਸੈੱਟ ਕਰ ਲਓ, ਫਿਰ ਉਂਗਲੀ ਅਤੇ ਅੰਗੂਠੇ ਨਾਲ 2 ਵਾਰ ਹਲਕਾ ਹਲਕਾ ਮੋੜ ਕੇ ਉਹਨੂੰ ਸੈੱਟ ਕਰ ਲਓ। ਜਿਹੜਾ ਬਾਅਦ ਦੇ ਵਿੱਚੋਂ ਉਂਗਲੀ ਅਤੇ ਅੰਗੂਠੇ ਨਾਲ ਮੋੜਦੇ ਹਾਂ ਆਪਾਂ, ਉਹ ਤਾਂ ਜ਼ਿਆਦਾ ਜ਼ੋਰ ਨਹੀਂ ਲਾਉਣਾ, ਬਸ ਪੁੱਲੇ ਪੁੱਲੇ ਹੱਥਾਂ ਨਾਲ ਜਿਹੜਾ ਲੜ ਆ ਉਹ ਸੈੱਟ ਕਰ ਲੈਣਾ। ਜ਼ਿਆਦਾ ਜ਼ੋਰ ਨਾਲ ਉਹਨੂੰ ਮੋੜਾਂਗੇ, ਨੋਕ ਥੋੜ੍ਹੀ ਜਿਹੀ ਪਤਲੀ ਹੋ ਜੂਗੀ ਜਾਂ ਸਾਹਮਣੇ ਵੱਲ ਨੂੰ ਤਿੱਖੀ ਹੋ ਜੂਗੀ। ਸੋ ਆਪਾਂ ਰੱਖਣੀ ਆ ਥੋੜ੍ਹੀ ਜਿਹੀ ਚੜਾਈ 'ਚ ਅਤੇ ਸ਼ੇਪ ਥੋੜ੍ਹੀ ਜਿਹੀ ਮਿੱਡੀ ਜਿਹੀ ਰੱਖਣੀ ਆ। ਇਹ ਸਾਈਡ ਪੂਣੀ ਦਾ ਮੋਟਾ ਪਾਸਾ ਉੱਪਰ ਜਾਊਗਾ, ਪਤਲਾ ਪਾਸਾ ਥੱਲੇ, ਅੱਖ ਵਾਲੀ ਸਾਈਡ ਬਿਲਕੁਲ ਸਿੰਗਲ ਲੜ ਰੱਖਾਂਗੇ। ਸਿੰਗਲ ਤਾਂ ਰੱਖਿਆ ਜਦੋਂ ਆਪਾਂ ਸੈਂਟਰ ਜਾ ਕੇ ਲੜ ਮੋੜਦੇ ਹਾਂ ਟੋਆ ਜਿਹਾ ਨਹੀਂ ਪੈਂਦਾ, ਕਈ ਵਾਰ ਪੂਣੀ ਦੇ ਦੋਨੇ ਪੱਲੇ ਥੱਲੇ ਹੁੰਦੇ ਨੇ, ਜਦੋਂ ਇੱਕ ਵਾਰ ਆਪਾਂ ਲੜ ਮੋੜ ਦਿੰਦੇ ਹਾਂ ਅੰਦਰ ਉਹ ਡਬਲ ਹੋ ਜਾਂਦਾ। ਅਗਰ 2 ਪੱਲੇ ਥੱਲੇ ਹੋਣਗੇ ਜਦੋਂ ਮੋੜਾਂਗੇ ਜਿੱਥੇ ਪੱਗ ਪੈਣ ਲੱਗਦਾ ਉੱਥੋਂ ਲੜ ਮੋਟਾ ਹੋ ਜਾਂਦਾ ਅਤੇ ਉਸ ਤੋਂ ਬਾਅਦ ਡੁੰਗ ਪੈ ਜਾਂਦਾ। ਬਹੁਤ ਵੀਰਾਂ ਨੂੰ ਇਹ ਪ੍ਰੋਬਲਮ ਆਉਂਦੀ ਆ। ਸੋ ਮੈਨੂੰ ਨਹੀਂ ਲੱਗਦਾ ਕਿ ਹੁਣ ਤੱਕ ਕਿਸੇ ਨੂੰ ਇਹ ਗੱਲ ਦਾ ਮਤਲਬ ਵੀ ਭੁਲੇਖਾ ਆਊਗਾ, ਕਿਉਂ ਹਰੇਕ ਵੀਡੀਓ ਦੇ ਵਿੱਚ ਜਿਹੜੇ ਰੈਗੂਲਰ ਦੇਖਦੇ ਆ ਮੈਂ ਬੋਲ ਕੇ ਦੱਸਦੇ ਹੀ ਹੁੰਦਾ ਕਿ ਥੱਲੇ ਵਾਲਾ ਲੜ ਸਿੰਗਲ ਰੱਖੋ, ਸਾਰਾ ਪੂਣੀ ਦਾ ਜਿਹੜਾ ਕੱਪੜਾ ਚੱਕ ਕੇ ਉੱਪਰ ਲੈ ਜਾ ਕਰੋ, ਸੌਖਾ ਰਹਿੰਦਾ। ਇਹਨੂੰ ਤੁਸੀਂ ਸੁੱਕੀ ਵੀ ਬੰਨ ਸਕਦੇ ਹੋ, ਪਾਣੀ ਲਾ ਕੇ ਵੀ ਬੰਨ ਸਕਦੇ ਹੋ, ਬਸ ਐਂ ਕਿ ਥੋੜ੍ਹੀ ਸਫਾਈ ਦਾ ਚੱਕਰ ਪਊ ਅਤੇ ਇੱਕ ਥੋੜ੍ਹੀ ਸ਼ੇਪ ਦਾ, ਸੁੱਕੀ ਥੋੜ੍ਹੀ ਜਿਹੀ ਫਲਾਵਟ 'ਚ ਜ਼ਿਆਦਾ ਹੋ ਜਾਂਦੀ ਆ। ਇਹ ਵੀ ਲੜ ਜ਼ਿਆਦਾ ਲੜ ਮੋੜਨੇ ਨਹੀਂ, ਬਸ ਸ਼ੇਪ ਸਿੱਧੀ ਅਤੇ ਸਿੰਪਲ ਰੱਖਣੀ ਆ। ਇੱਕ ਸਾਈਡ ਤੋਂ ਕੱਢਵੀਂ ਰੱਖਣੀ ਆ ਸ਼ੇਪ, ਰੂਬੀਆ ਦੀ ਤਾਂ ਆਟੋਮੈਟਿਕਲ ਜਾਊਗੀ, ਫੁੱਲ ਵੈਲ ਵਾਲਿਆਂ ਨੂੰ ਥੋੜ੍ਹੀ ਜਿਹੀ ਦਿੱਕਤ ਆਊ ਤੁਸੀਂ। ਸੋ ਹੁਣ ਆਪਾਂ ਪੱਗ ਦੀ ਜਿਹੜੀ ਆ ਸੈਟਿੰਗ ਕਰਨੀ ਆ। ਲਾਸਟ ਲੜ ਲਾਉਣ ਤੋਂ ਪਹਿਲਾਂ ਆਪਾਂ ਪੇਚਾਂ ਦੀ ਸਫਾਈ ਕਰਨੀ ਆ। ਪਹਿਲਾਂ ਪਹਿਲੇ ਲੜ ਦੇ ਵਿੱਚ ਥੋੜ੍ਹਾ ਜ਼ੋਰ ਨਾਲ ਬਾਜ ਫੇਰਨਾ, ਜਿਹੜੀ ਢਿੱਲ ਆ ਉਹ ਕੱਢ ਦੇਣੀ ਆ। ਫਿਰ ਜਦੋਂ ਅਗਲੇ ਲੜ 'ਚ ਬਾਜ ਫੇਰਨਾ, ਪੂਰਾ ਗੋਲ ਕਰਕੇ ਰੋਟੇਟ ਕਰਨਾ, ਫਰੰਟ ਤੋਂ ਬੈਕ ਅਤੇ ਬੈਕ ਤੋਂ ਫਰੰਟ, ਥੋੜ੍ਹਾ ਥੋੜ੍ਹਾ ਜਿਹੜੇ ਪੇਚ ਨੇ ਆਪਣੇ ਅੰਦਰ ਨੂੰ ਫੋਲਡ ਹੋਣਗੇ, ਇਹਦੇ ਨਾਲ ਲੜ ਮੋਟੇ ਹੋਣਗੇ। ਸੋ ਉਹਨਾਂ ਦੇ ਜਿਹੜੇ ਸੁਰਜੀਤ ਬਿੰਦ ਰੱਖਿਆ ਜੀ ਦੀ ਆਪਾਂ ਪੱਗ ਦੇਖਦੇ ਹਾਂ, ਪੂਰੇ ਸਫਾਈ ਨਾਲ ਅਤੇ ਪੂਰੇ ਮੋਟੇ ਲੜ ਲਾਏ ਹੁੰਦੇ ਨੇ। ਰੂਬੀਆ ਪੱਗ ਦੇ ਐਵੇਂ ਤੁਸੀਂ ਬਾਜ ਫੇਰੋਗੇ, ਇਸ ਤੋਂ ਜ਼ਿਆਦਾ ਮੋਟੇ ਹੋਣਗੇ, ਅਤੇ ਇਸ ਤੋਂ ਵੀ ਜ਼ਿਆਦਾ ਅਗਰ ਆਪਾਂ ਹੋਰ ਮੋਟੇ ਕਰਨੇ ਆ। ਜਦੋਂ ਮੈਂ ਲਾਸਟ ਲੜ ਲਾ ਦੂੰਗਾ ਉਸ ਤੋਂ ਬਾਅਦ ਹੋਰ ਮੋਟੇ ਕਰੂੰਗਾ ਪਿੰਚ ਕਰਕੇ। ਅਤੇ ਇਹਨੂੰ ਤੁਸੀਂ ਕੋਈ ਵੀ ਏਜ ਦਾ ਵੀਰ ਬਣ ਸਕਦਾ, 18 ਤੋਂ 20 ਵਾਲੇ ਵੀ, 40 ਤੋਂ 50 ਵਾਲੇ ਵੀ,
क्यों ये जरा लास्ट लड़ा वो सिंगल सॉरी सीधा करके लावे बिना मोड़े करना कुछ नहीं, जिमें पूनी वाला लड़ है उन्होंने उदा ही खिंच के साफ कर लेना बस, उपरों अद्धी दो उंगलों की जगह छड़ के थले रख लेना, आईब्रो तो दोनों साइडों तो बराबर रख लेना, जिथे आप पग पह लाने होंने उत्थे आके चौड़ाई घटा देनी है लड़ की, उपरों अंदर मोड़ लेना, थल्यों जी पट्टी है वो सीधी रखनी है, बिल्कुल सीधा करके आपां लड़ ला देना। इनू पिन्ना की लोड़ भी नहीं पैंदी सीधे लड़ नू, ते जिन्ना मर्जी तुसी टाइट करके भी ला सकते हो सही रहिंदा, ते किसे होर दूसरे दे भी पग बननी आ ते सीधे लड़ वाली जिवें 45 50 55 60 साल की एज दे तुसी सीधे लड़ वाली बनोगे तां वधिया रहूगा। उपरले लड़ा दी अगर तो सफाई के शौकीन हो तो कर सकते हो बाज फेरते हो, अगर इदा भी छड़ोगे तो भी चल जाएंगे, क्यों थोड़ी जी आप जी शेप आना जोड़े मतलब जिदा हम मेरे फादर साहब की एज के ने, तो हम एक जड़े अपने पेज ने कि होर मोटे करने वो दसागे। शेप थोड़ी जी आप मिडी की उपरों दब के पिछे तो मूहरे हाथ रख लेना पग दे, एको जे प्रैशर ना दोनों हैडा तो घुटनी हूँ, जोड़े जोड़े लड़ आप बाज फेरिया उन्होंने पिंच करना, पिंच करने का तरीका क्या है पिंच करके अंदर मोड़ना थोड़ा थोड़ा, एक जगह खड़ाने नहीं है तो वो उपर द फिर बाज फेर देना, क्यों अगर आप पिंच करके इदा छड़ा तो पता लगेगा 3D किए हैं, बट जो बाज फेरेंगे गोल हो जाएंगे पूरे जिमें आप रूबिया की शेप के होंगे। सो पुलसीए वीर भी तुझे देखी होनी आ पग जोड़े बहुत ही खरी बनते अटका के पूरे ऐ गोल पेच बनाए सीधा लड़ लाने, नोक थोड़ी जी घुट के रखनी आ, मैं तो उन्नी घुटनी हुई हैगी, सो तुसी थोड़ी जी अगे वालू भी लिया सकते हो तिखी शेप देने लिए थोड़ी जी, उपरली लड़न की सफाई कर भी सकते हो इदा भी छड़ सकते हो सही आ, बट ये हो थोड़े लड़ने जोड़े गैप इको जहा हो सफाई एक दूजे के उपर ना चढ़े हूँ बाल रह जाएंगे कोई चक्कर नहीं, गैप इको जहा हो मोटाई इको जी हो, 50 का साइज बिल्कुल स्टैंडर्ड रखना, ना ज़्यादा बड़ा तो ना ज़्यादा छोटा, उपर वाला पल्ला ये अगर बल रह जाते हैं उपर खिंच के उपरों मोड़ देना। सो ये अज की वीडियो किदां लगी लाइक कमेंट करके जरूर दस्यो, तो मिलते हैं अगली वीडियो के नाल। यूट्यूब चैनल देखने सारे वीरां दा बहुत बहुत धन्यवाद। वाहिगुरू जी का खालसा वाहिगुरू जी की फतह।